ਪਾਕਿਸਤਾਨ ਵਿੱਚ ਗੁਰਦੁਆਰਾ ਨਨਕਾਣਾ ਸਾਹਿਬ ਤੇ ਹੋਏ ਹਮਲੇ ਤੋਂ ਬਾਅਦ ਹਰ ਕਿਸੇ ਵੱਲੋਂ ਇਸ ਹਮਲੇ ਦੀ ਨਿਖੇਧੀ ਕੀਤੀ ਜਾ ਰਹੀ ਹੈ। ਉੱਥੇ ਹੀ ਮਨਜਿੰਦਰ ਸਿੰਘ ਸਿਰਸਾ ਨੇ ਫੇਸਬੁੱਕ ਤੇ ਲਾਈਵ ਹੋ ਕੇ ਦੱਸਿਆ ਕਿ ਪਾਕਿਸਤਾਨ ਵਿੱਚ ਰਹਿ ਰਹੇ ਸਿੱਖ ਆਪਣੀ ਮਜਬੂਰੀ ਕਾਰਨ ਪਾਕਿਸਤਾਨ ਸਰਕਾਰ ਦੇ ਖਿਲਾਫ ਨਹੀਂ ਬੋਲ ਸਕਦੇ, ਪਰ ਸਾਡਾ ਇਹ ਫਰਜ਼ ਬਣਦਾ ਕਿ ਅਸੀਂ ਉਹਨਾਂ ਦੀ ਮਦਦ ਕਰੀਏ। ਦੱਸ ਦਈਏ ਕਿ ਅੱਜ ਦੁਪਹਿਰੇ 1 ਵਜੇ ਪਾਕਿਸਤਾਨ ਅੰਬੈਸੀ ਦੇ ਬਾਹਰ ਸ਼ਾਂਤਮਈ ਢੰਗ ਨਾਲ ਪ੍ਰੋਟੈਸਟ ਕੀਤਾ ਜਾਵੇਗਾ। ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਫੇਸਬੁੱਕ ਲਾਈਵ ਦੌਰਾਨ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਪ੍ਰੋਟੈਸਟ ਦੇ ਵਿੱਚ ਹਿੱਸਾ ਜ਼ਰੂਰ ਲੈਣ। ਕੀ ਫਤਿਹ ਖਾਲਸਾ ਜੀ, ਆਪ ਸਾਰਿਆਂ ਨੇ ਦੇਖਿਆ ਕੱਲ੍ਹ ਜੋ ਨਨਕਾਣਾ ਸਾਹਿਬ ਪਾਕਿਸਤਾਨ 'ਚ ਹੋਇਆ, ਉਸਦੀ ਜਿੰਨੀ ਵੀ ਕੜੇ ਸ਼ਬਦਾਂ ਦੇ ਅੰਦਰ ਨਿੰਦਾ ਕੀਤੀ ਜਾਵੇ ਉਨੀ ਥੋੜ੍ਹੀ ਆ। ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਦਾ ਇਹ ਪਵਿੱਤਰ ਸਥਾਨ, ਮੁਕੱਦਸ ਧਰਤੀ ਜਿਸ ਦੇ ਚਰਨ ਜਿਸ ਦੇ ਦਰਸ਼ਨਾਂ ਨੂੰ ਸੰਗਤ ਲੋਚਦੀ ਆ, ਉਸ ਪਵਿੱਤਰ ਮੁਕੱਦਸ ਸਥਾਨ 'ਤੇ ਪੱਥਰ ਚਲਾਏ ਗਏ ਔਰ ਹੁਣ ਉਹਨਾਂ ਨੇ ਵੀਡੀਓ ਭੇਜੀ ਜਿਹਦੇ ਅੰਦਰ ਗੋਲੀ ਉਸ 'ਤੇ ਬਾਹਰ ਚਲਾਈ ਜਾ ਰਹੀ ਆ, ਦੋ ਸ਼ੋਟ ਚਲਾਏ ਗਏ। ਉਸ ਦੀ ਡਿਊਟੀ ਦੇ ਵਿੱਚ ਖੜਿਆ ਹੋ ਕੇ ਇਹ ਮਨਸੂਰ ਜਿਹੜਾ ਗੁੰਡਾ ਆਪਣੇ ਆਪ ਨੂੰ ਦੱਸ ਰਿਹਾ ਹੈ ਔਰ ਬੜਾ ਆਪਣੇ ਆਪ ਨੂੰ ਫੰਨੇ ਖਾਂ ਸਮਝ ਰਿਹਾ ਹੈ, ਕਿਉਂਕਿ ਉੱਥੇ ਸਾਰੇ ਸਿੱਖ ਮਨੋਰਟੀ 'ਚ ਆ ਔਰ ਇਹਨਾਂ ਦਾ ਉੱਥੇ ਮਜੋਰਿਟੀ ਆ ਔਰ ਗੁਰਦੁਆਰਾ ਸਾਹਿਬ ਦੀ ਡਿਊਟੀ 'ਚ ਖੜਾ ਹੋ ਕੇ ਕਹਿ ਰਿਹਾ ਹੈ ਕਿ ਮੈਂ ਦੀਨ ਦੀ ਕਸਮ ਖਾਣਾ ਹੈ, ਇਸ ਗੁਰਦੁਆਰਾ ਸਾਹਿਬ ਨੂੰ ਮਸਜਿਦ 'ਚ ਤਬਦੀਲ ਕਰ ਦਿਆਂਗੇ, ਨਨਕਾਣੇ 'ਚੋਂ ਸਿੱਖਾਂ ਨੂੰ ਭਜਾ ਦਿਆਂਗੇ, ਨਨਕਾਣੇ ਦਾ ਨਾਮ ਬਦਲ ਦਿਆਂਗੇ। ਇਹ ਜੋ ਲੋਕ ਨੇ ਇਹਨਾਂ ਦੀ ਮਾਨਸਿਕਤਾ ਜਿਹੜੀ ਆ ਬਹੁਤ ਹੀ ਗਿਰੀ ਹੋਈ ਆ। ਕੋਈ ਸੱਚਾ ਮੁਸਲਮਾਨ ਕਦੀ ਵੀ ਐਸਾ ਕੰਮ ਨਹੀਂ ਕਰ ਸਕਦਾ, ਕਦੀ ਵੀ ਉਹ ਕਿਸੇ ਦੇ ਧਰਮ 'ਤੇ ਇਸ ਤਰੀਕੇ ਹਮਲਾ ਨਾ ਕਰਦਾ। ਇਹ ਲੋਕ ਔਰੰਗਜ਼ੇਬ ਦੀ ਔਲਾਦ ਨੇ, ਇਹਨਾਂ ਲੋਕਾਂ ਦੀ ਉਹੀ ਘਟੀਆ ਮਾਨਸਿਕਤਾ, ਉਹੀ ਨੀਚ ਔਰ ਗਿਰੀ ਹੋਈ ਮਾਨਸਿਕਤਾ ਜੋ ਔਰੰਗਜ਼ੇਬ ਦੀ ਹੀ ਉਹੀ ਸੋਚ ਦੇ ਲੋਕ ਨੇ ਔਰ ਅੱਜ ਉੱਥੇ ਜੋ ਹੋ ਰਿਹਾ ਹੈ ਉਹਦੇ 'ਚ ਜਿਹੜੀ ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਆ ਕਿ ਸਾਡੇ ਜਿਹੜੇ ਸਿੱਖ ਭਰਾ ਨੇ ਘੱਟ ਗਿਣਤੀ 'ਚ ਨੇ, ਉਹ ਬੋਲ ਵੀ ਨਹੀਂ ਪਾਉਂਦੇ। ਜੇ ਉਹ ਬੋਲਦੇ ਨੇ, ਸਰਦਾਰ ਮਸਤਾਨ ਸਿੰਘ ਜੀ ਬੋਲੇ ਸੀਗੇ ਜਿਹੜੇ ਪੁਰਾਣੇ ਪ੍ਰਧਾਨ ਸੀਗੇ, ਉਹਨਾਂ ਦੇ ਉੱਤੇ ਮੁਕੱਦਮੇ ਦਰਜ ਕਰ ਦਿੱਤੇ ਗਏ ਸੀ। ਮੇਰੇ ਸਿੱਖ ਵੀਰ ਮੈਨੂੰ ਫੋਨ ਕਰ ਕਰਕੇ ਕਹਿੰਦੇ ਨੇ ਕਿ ਅਸੀਂ ਤਾਂ ਬੋਲ ਵੀ ਨਹੀਂ ਸਕਦੇ, ਜੇ ਬੋਲਾਂਗੇ ਸਾਡੇ ਪਰਿਵਾਰਾਂ ਨੂੰ ਪਰੇਸ਼ਾਨ ਕੀਤਾ ਜਾਏਗਾ, ਬਾਅਦ 'ਚ ਸਾਡੇ 'ਤੇ ਮੁਕੱਦਮੇ ਪਾਏ ਜਾਣਗੇ। ਉਹ ਬਹੁਤ ਮਜਬੂਰ ਨੇ, ਸਾਡੇ ਆਪਣੇ ਨੇ, ਸਾਡਾ ਫਰਜ਼ ਬਣਦਾ ਉਹਨਾਂ ਦੀ ਬਾਹ ਫੜਨਾ, ਸਾਡਾ ਆਪਣਾ ਖੂਨ ਆ। ਉਹ ਕਿਤੇ ਵੀ ਨੇ, ਕਿਹੋ ਜਿਹੇ ਵੀ ਨੇ, ਭਾਵੇਂ ਉਹ ਪਾਕਿਸਤਾਨ 'ਚ ਹੋਣ ਭਾਵੇਂ ਅਫਗਾਨਿਸਤਾਨ 'ਚ ਹੋਣ, ਉਹ ਸਾਡੇ ਆਪਣੇ ਨੇ, ਆਪਾਂ ਉਹਨਾਂ ਨੂੰ ਛੱਡ ਨਹੀਂ ਸਕਦੇ। ਇਸ ਕਰਕੇ ਮੈਂ ਆਪਣੇ ਦੇਸ਼ ਦੇ ਸਾਰੇ ਵੀਰਾਂ ਨੂੰ ਬੇਨਤੀ ਕਰਦਾ, ਦੁਨੀਆ ਭਰ ਦੇ ਸਿੱਖਾਂ ਨੂੰ ਬੇਨਤੀ ਕਰਦਾ, ਉਹਨਾਂ ਦਾ ਸਾਥ ਦਿਓ। ਉਹਨਾਂ ਦੀ ਮਜਬੂਰੀ ਆ, ਉਹ ਖੁੱਲ੍ਹ ਕੇ ਨਾ ਬੋਲ ਸਕਦੇ ਨੇ, ਨਾ ਖੁੱਲ੍ਹ ਕੇ ਆਪਣੀ ਸਰਕਾਰ ਦੇ ਖਿਲਾਫ਼ ਬੋਲ ਸਕਦੇ, ਕਿ ਉਹਨੇ ਉੱਥੇ ਰਹਿਣਾ ਹੈ, ਉੱਥੇ ਉਹਨਾਂ ਨੇ ਰਹਿਣਾ, ਉਹਨਾਂ ਦੀ ਮਜਬੂਰੀ ਉੱਥੇ ਰਹਿਣਾ ਔਰ ਉੱਥੇ ਰਹਿ ਕੇ ਉਹਨਾਂ ਦੀ ਸਰਕਾਰ ਦੇ ਖਿਲਾਫ਼ ਬੋਲ ਕੇ ਉਹ ਨਹੀਂ ਰਹਿ ਸਕਦੇ, ਉਹਨਾਂ ਨੂੰ ਤੰਗ ਕੀਤਾ ਜਾਊਗਾ, ਪਰੇਸ਼ਾਨ ਕੀਤਾ ਜਾਊਗਾ। ਲੇਕਿਨ ਸਾਡੀਆਂ ਬੱਚੀਆਂ ਉੱਥੇ ਸੁਰੱਖਿਅਤ ਨਹੀਂ ਗੀਆਂ, ਇਹ ਲੜਾਈ ਸਾਨੂੰ ਲੜਨੀ ਹੋਊਗੀ ਦੇਸ਼ ਤੋਂ ਬਾਹਰ ਬਹਿ ਕੇ, ਪਾਕਿਸਤਾਨ 'ਚ ਬਹਿ ਕੇ ਲੜਾਈ ਨਹੀਂ ਲੜੀ ਜਾ ਸਕਦੀ। ਇਸ ਕਰਕੇ ਜਿਸ ਤਰ੍ਹਾਂ 1984 ਦੇ ਅੰਦਰ ਸਾਡੇ 'ਤੇ ਕਤਲੇਆਮ ਹੋਇਆ, ਜੋ ਸਾਡੇ 'ਤੇ ਦਹਿਸ਼ਤਗਰਦੀ ਹੋਈ, ਉਦੋਂ ਦੁਨੀਆ ਭਰ ਦੇ ਸਿੱਖਾਂ ਨੇ ਸਾਡੀ ਲੜਾਈ ਲੜੀ ਸੀ, ਅਮੈਰੀਕਾ, ਇੰਗਲੈਂਡ, ਕੈਨੇਡਾ, ਹਰ ਸਿੱਖ ਨੇ ਸਾਡੀ ਲੜਾਈ ਲੜੀ ਸੀ। ਅੱਜ ਐਂ ਹੀ ਸਾਡਾ ਸਭ ਦਾ ਫਰਜ਼ ਬਣਦਾ ਸੀ ਉਹਨਾਂ ਦੀ ਲੜਾਈ ਲੜੀਏ। ਅੱਜ ਅਸੀਂ 1 ਵਜੇ ਪਾਕਿਸਤਾਨ ਅੰਬੈਸੀ ਦੇ ਬਾਹਰ ਪੀਸਫੁੱਲ ਪ੍ਰੋਟੈਸਟ ਕਰਨ ਜਾ ਰਹੇ ਹਾਂ। ਸਾਡਾ ਮਕਸਦ ਉਹਨਾਂ ਨੇ ਦੱਸਣਾ ਹੈ ਕਿ ਅਸੀਂ ਸਿੱਖ ਜਿਹੜੇ ਆਪਣੇ ਭਰਾਵਾਂ ਦੇ ਨਾਲ ਖੜ੍ਹੇ ਹਾਂ, ਉਹ ਸਾਡੇ ਆਪਣੇ ਨੇ, ਅਸੀਂ ਉਹਨਾਂ ਨੂੰ ਕਦੀ ਛੱਡਾਂਗੇ ਨਹੀਂ। ਔਰ ਮੈਂ ਚਾਹੁੰਦਾ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਤੁਸੀਂ ਉੱਥੇ ਪਹੁੰਚੋ ਵੀ। ਇੱਕ ਧਾਰਾ 144 ਲੱਗੀ ਆ, ਪੁਲਿਸ ਕਹਿ ਰਹੀ ਹੈ 144 ਲੱਗੀ ਆ, ਪ੍ਰੋਟੈਸਟ ਨਾ ਕੀਤਾ ਜਾਵੇ। ਅਸੀਂ ਕਿਹਾ ਕੋਈ ਗੱਲ ਨਹੀਂ, ਸਾਡੇ ਤੋਂ ਤੁਸੀਂ ਮੁਕੱਦਮੇ ਦਰਜ ਕਰ ਲਿਓ, ਜੇ 1 ਦੇ 4 ਕਰ ਲਿਓ ਜੀ, ਪਰ ਅਸੀਂ ਆਪਣੇ ਭਰਾਵਾਂ ਨੂੰ ਨਹੀਂ ਛੱਡ ਸਕਦੇ। ਇਹ ਪ੍ਰੋਟੈਸਟ ਦੀ ਬੜੀ ਅਹਿਮੀਅਤ ਆ, ਲੋਕਾਂ ਨੂੰ ਸੁਣਿਆ, ਪਾਕਿਸਤਾਨ ਨੂੰ ਇਹ ਸੁਣਿਆ ਦੇਣਾ ਬੜਾ ਜ਼ਰੂਰੀ ਆ ਕਿ ਜਿਹੜੇ ਹਿੰਦੁਸਤਾਨ ਦੇ ਸਿੱਖ ਨੇ ਉਹ ਸਾਰੇ ਪਾਕਿਸਤਾਨ ਦੇ ਆਪਣੇ ਵੀਰਾਂ ਨਾਲ ਖੜ੍ਹੇ ਆ। ਇਸ ਕਰਕੇ ਮੈਂ ਆਪ ਜੀ ਨੂੰ ਅਪੀਲ ਕਰਦਾ ਹਾਂ, 1 ਵਜੇ ਜ਼ਿਆਦਾ ਤੋਂ ਜ਼ਿਆਦਾ ਸੰਖਿਆ 'ਚ ਉੱਥੇ ਪਹੁੰਚਣ ਦੀ ਕਿਰਪਾਲਤਾ ਕਰੋ, ਤਾਂ ਕਿ ਆਪਾਂ ਮਿਲ ਕੇ ਇਹ ਲੜਾਈ ਨੂੰ ਲੜ ਸਕੀਏ, ਲੋਕਾਂ ਨੂੰ ਦੱਸ ਸਕੀਏ
ਕਿ ਸਾਡੇ ਪਾਕਿਸਤਾਨ ਦੇ ਵੀਰ ਇਕੱਲੇ ਨਹੀਂ ਬਲਕਿ ਅਸੀਂ ਸਾਰੇ ਦੇਸ਼ ਵਾਸੀ ਇਹ ਹਿੰਦੁਸਤਾਨ ਦੇ ਲੋਕ ਉਹਨਾਂ ਨਾਲ ਡਟ ਕੇ ਖੜੇ ਨੇ, ਸਾਡੇ ਆਪਣੇ ਭਰਾਵਾਂ ਨੂੰ ਇੱਕ ਹਰ ਸੂਰਤ ਅੰਦਰ ਅਸੀਂ ਉਹਨਾਂ ਦੀ ਲੜਾਈ ਲੜਾਂਗੇ। ਬਸ ਇਹ ਬੇਨਤੀ ਕਰੋ, ਮੈਂ ਤੁਹਾਨੂੰ ਵੀਡੀਓ ਪਾ ਰਿਹਾ, ਵੀਡੀਓ ਨੂੰ ਸ਼ੇਅਰ ਵੀ ਕਰੋ ਅਤੇ ਆਪ ਵੀ ਉੱਥੇ ਪਹੁੰਚਣ ਦੀ ਕਿਰਪਾਲਤਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਊਰੋ ਰਿਪੋਰਟ, ਰੰਗਲਾ ਟੀਵੀ।